ਇੱਕ ਅਨਾਰ ਤੇ 100 ਬਿਮਾਰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਜਤਿੰਦਰ ਸਿੰਘ ਰਾਠੌਰ ਤੇ ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਦੋਸਤੋ ਤੁਹਾਨੂੰ ਪਤਾ ਹੈ ਕਿ 2022 ਦੀਆਂ ਚੋਣਾਂ ਦਾ ਇਸ ਟਾਈਮ ਮਾਹੌਲ ਗਰਮ ਹੋਇਆ ਪਿਆ ਹੈ ਤੇ ਸਾਰੀਆਂ ਪਾਰਟੀਆਂ ਅੱਜ ਆਪੋ ਆਪਣੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਤਕਰੀਬਨ ਤਕਰੀਬਨ ਉਤਾਰ ਚੁੱਕੀਆਂ ਹਨ ਤੇ ਜ਼ਿਆਦਾਤਰ ਇਹ ਮੇਰੀ ਜਿਹੜੀ ਉਦਾਹਰਣ ਹੈ ਇਹ ਉਹਨਾਂ ਪਾਰਟੀਆਂ ਦੇ ਟੁਕਦੀ ਹੈ ਜਿਨ੍ਹਾਂ ਨੇ ਕੀ ਆਪਣੀਆਂ ਪਾਰਟੀਆਂ ਵਿੱਚ ਇੱਕ ਉਮੀਦਵਾਰ ਦੀ ਜਗ੍ਹਾ 10-10 ਜਗ੍ਹਾ ਤੋਂ ਇਨਚਾਰਜ ਥਾਪੇ ਹੋਏ ਹਨ ਤੇ ਅਸੀਂ ਗੱਲਬਾਤ ਕਰਦੇ ਹਾਂ ਸਾਨੂੰ ਥੋੜੀ ਜੀ ਇਨਫੋਰਮੇਸ਼ਨ ਮਿਲੀ ਸੀ ਕਿ ਆਮ ਆਦਮੀ ਦੇ ਕੁਝ ਜਿਹੜੇ ਇੱਥੇ ਸੇਵਾਦਾਰ ਲਾਏ ਹੋਏ ਹਨ ਉਹਨਾਂ ਨੂੰ ਭਾਜਪਾ ਆਪਣੇ ਵੱਲ ਖਿੱਚਣ ਲਈ ਤਿਆਰ ਹੈ ਸਾਡੇ ਨਾਲ ਪਲਦੀਪ ਮਲਹੋਤਰਾ ਜੀ ਜੋ ਕਿ ਇੱਕ ਆਮ ਆਦਮੀ ਪਾਰਟੀ ਵਿੱਚ ਵੱਡਾ ਕਦ ਰੱਖਦੇ ਹਨ ਉਹਨਾਂ ਨੂੰ ਕੱਲ ਦਿੱਲੀ ਸਾਨੂੰ ਪਤਾ ਲੱਗਾ ਕਿ ਉਹਨਾਂ ਨੂੰ ਦਿੱਲੀ ਸੱਦਿਆ ਸੀ ਗੱਲਬਾਤ ਕਰਦੇ ਹਾਂ ਸਵਾਗਤ ਹੈ ਮਲਹੋਤਰਾ ਜੀ ਤੁਹਾਡਾ ਸਭ ਤੋਂ ਪਹਿਲਾਂ ਜੀਤ ਵੈਬ ਟੀਵੀ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਐ ਮੁਲਤਰਾ ਜੀ ਸਾਨੂੰ ਥੋੜੀ ਜਾਣਕਾਰੀ ਮਿਲੀ ਹੈ ਕਿ ਤੁਹਾਨੂੰ ਕੱਲ ਦਿੱਲੀ ਸੱਧਿਆ ਗਿਆ ਸੀ ਭਾਜਪਾ ਨਾਲ ਕੋਈ ਤੁਹਾਡੀ ਮੀਟਿੰਗ ਖੂਫੀਆ ਮੀਟਿੰਗ ਹੋਈ ਹੈ ਕੋਈ ਇਹੋ ਜੀ ਗੱਲਬਾਤ ਹੈਗੀ ਹੈ ਜੀ ਨਹੀਂ ਠੋੜਾ ਸਾਬ ਪਹਿਲੀ ਗੱਲ ਤੇ ਹੈ ਮੇਰੀ ਭਾਜਪਾ ਨਾਲ ਕੋਈ ਮੀਟਿੰਗ ਨਹੀਂ ਸਿਰਫ ਅਫਵਾਹਾਂ ਨੇ ਪਰ ਤੁਹਾਨੂੰ ਇਹ ਜੋ ਪਤਾ ਦਿੱਲੀ ਮੈਂ ਜ਼ਰੂਰ ਗਿਆ ਸੀ ਉਹ ਮੈਂ ਕੁਝ ਆਪਣੀ ਆਮ ਆਦਮੀ ਪਾਰਟੀ ਦੇ ਕੰਮ ਗਿਆ ਸੀ ਤੇ ਇੱਕ ਜਿਵੇਂ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਇੱਕ ਨੂੰ ਟਿਕਟ ਮਿਲਣੀ ਹੈ ਦਾਅਵੇਦਾਰੀਆਂ ਬਹੁਤ ਨੇ ਜਿਆਦਾ ਅਦਾਵੇਦਾਰੀਆਂ ਆਮ ਆਦਮੀ ਪਾਰਟੀ ਵੱਲੋਂ ਇੱਥੇ ਦਿੱਤੀਆਂ ਗਈਆਂ ਫਤੇਗੜ ਸਾਹਿਬ ਹੋਰ ਜ਼ਿਲ੍ਹੇ ਵੀ ਦਿੱਤੀਆਂ ਗਈਆਂ ਹਨ ਤੇ ਤੁਹਾਨੂੰ ਲੱਗਦਾ ਨਹੀਂ ਕਿ ਜਦੋਂ ਇੱਕ ਬੰਦੇ ਨੂੰ ਟਿਕਟ ਮਿਲ ਜੂਗੀ ਤਾਂ ਬਾਕੀ ਪਾਰਟੀ ਨਾਲ ਟੁੱਟਣਗੇ ਜਾਂ ਨਾਲ ਚੱਲਣਗੇ ਨਹੀਂ ਨਹੀਂ ਸਾਰੇ ਆਮ ਆਦਮੀ ਪਾਰਟੀ ਜਿਹੜੇ ਵੀ ਉਮੀਦਵਾਰ ਨੂੰ ਟਿਕਟ ਦੇਊਗੀ ਮੈਨੂੰ ਪੂਰੀ ਉਮੀਦ ਹੈ ਸਾਰੀ ਲੀਡਰਸ਼ਿਪ ਇਕੱਠੀ ਹੋ ਕੇ ਉਹਨੂੰ ਜਿਤਾਊਗੀ ਤੇ ਆਉਣ ਵਾਲੀ ਸਰਕਾਰ ਦੇ ਵਿੱਚ ਵਿਧਾਨ ਸਭਾ ਹਲਕਾ ਫਤੇਗੜ ਤੋਂ ਆਮ ਆਦਮੀ ਪਾਰਟੀ ਦਾ ਐਮਐਲਏ ਭਾਗੀਦਾਰ ਹੋਏਗਾ ਇਕਮਲੋਤਰਾ ਸਾਹਿਬ ਅੱਜ ਭਾਜਪਾ ਕਾਫੀ ਜਦੋਂ ਦਾ ਅੰਦੋਲਨ ਦਾ ਉੱਥੇ ਸਮਾਪਤੀ ਹੋਈ ਹੈ ਫਤਿਹ ਕੀਤੀ ਕਿਸਾਨਾਂ ਨੇ ਉਸ ਤੋਂ ਬਾਅਦ ਭਾਜਪਾ ਕਾਫੀ ਸਰਗਰਮ ਹੈ ਭਾਜਪਾ ਪੰਜਾਬ ਵਿੱਚ ਆਪਣੇ ਪੈਰ ਪਸਾਰ ਰਹੀ ਹੈ ਕੀ ਕਹਿਣਾ ਚਾਹੋਗੇ ਕਿ ਭਾਜਪਾ ਨੂੰ ਕਿੰਨੀ ਕੋ ਇੱਥੇ ਤਰਜੀਹ ਦੇਣਗੇ ਲੋਕ ਨਹੀਂ ਭਾਜਪਾ ਵਾਲੇ ਬਹੁਤ ਕੋਸ਼ਿਸ਼ਾਂ ਕਰਦੇ ਨੇ ਕੁਝ ਸੂਤਰਾਂ ਦੇ ਰਾਹੀਂ ਹਰ ਬੰਦੇ ਨੂੰ ਸੰਪਰਕ ਵੀ ਕਰਦੇ ਨੇ ਬਹੁਤ ਲਾਲਚ ਵੀ ਦਿੰਦੇ ਨੇ ਕਿਉਂਕਿ ਉਹਨਾਂ ਕੋਲ ਚੋਣ ਲੜਨ ਜਈ ਓਡੇ ਕੈਂਡੀਡੇਟ ਨਹੀਂ ਉਹ ਵੀ ਕੋਸ਼ਿਸ਼ ਕਰ ਰਹੇ ਨੇ ਪਰ ਮੇਰੇ ਹਿਸਾਬ ਸਿਰ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕੋਈ ਆਧਾਰ ਨਹੀਂ ਹੈ ਨਾ ਹੀ ਉਹ ਪੰਜਾਬ ਦੇ ਇਲੈਕਸ਼ਨ ਨੂੰ ਕੋਈ ਪ੍ਰਭਾਵਿਤ ਕਰ ਸਕੇ। ਤੁਹਾਨੂੰ ਵੀ ਕਿਸੇ ਨੇ ਲਾਲਚ ਦਿੱਤਾ ਜਾਂ ਕਿਸੇ ਪਰ ਕੀਤਾ ਕਿਸੇ ਨੇ ਤੁਹਾਨੂੰ ਨਹੀਂ ਚਲੋ ਰਾਜਨੀਤੀ ਦੇ ਵਿੱਚ ਚੱਲਦਾ ਰਹਿੰਦਾ ਪਰ ਮੈਂ ਇਹ ਫੇਰ ਤੁਹਾਡੇ ਨਹੀਂ ਦਰਸ਼ਕਾਂ ਨੂੰ ਸਾਰੇ ਇਲਾਕੇ ਨੂੰ ਦੱਸਦਾ ਮੈਂ ਆਮ ਆਦਮੀ ਪਾਰਟੀ ਦਾ ਵਫਾਦਾਰ ਆ ساری ਉਮਰ ਆਮ ਆਦਮੀ ਪਾਰਟੀ ਦੇ ਰਹਾ ਮਾਂਗਾ ਪਾਰਟੀ ਜੀ ਨੂੰ ਮਰਜ਼ੀ ਟਿਕਟ ਦੇਵੇ ਕੋਈ ਐਡਾ ਮੈਟਰ ਨਹੀਂ। ਜਿਵੇਂ ਕਿ ਭਗਵੰਤ ਮਾਨ ਜੀ ਜਿਹੜੇ ਤੁਹਾਡੇ ਪੰਜਾਬ ਪ੍ਰਧਾਨ ਨੇ ਉਹਨਾਂ ਨੂੰ ਵੀ ਭਾਜਪਾ ਨੇ ਇੱਕ ਵੱਡੀ ਆਫਰ ਦਿੱਤੀ ਸੀ ਤੇ ਤੁਹਾਨੂੰ ਲੱਗਦਾ ਨਹੀਂ ਕਿ ਜੇਕਰ ਆਮ ਆਦਮੀ ਪਾਰਟੀ ਭਗਵੰਤ ਮਾਨ ਜੀ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਦਿੰਦੀ ਤਾਂ ਉਹਨਾਂ ਦਾ ਭਾਜਪਾ ਵਿੱਚ ਜਾ ਸਕਦੇ ਨੇ ਉਹ ਨਹੀਂ 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 ਭਗਵੰਤ ਮਾਨ ਜੀ ਸਾਡੀ ਪਾਰਟੀ ਦੇ ਬੜੇ ਸਤਕਾਰਯੋਗ ਲੀਡਰ ਨੇ ਉਹ ਕਿਤੇ ਨਹੀਂ ਜਾਣਗੇ ਹਾਈ ਕਮਾਂਡ ਪਹਿਨੀ ਕਹਿ ਚੁੱਕੀ ਹੈ ਕਿ ਪੰਜਾਬ ਨੂੰ ਜਿਹੜਾ ਮੁੱਖ ਮੰਤਰੀ ਚਿਹਰਾ ਦਿੱਤਾ ਜਾਊਗਾ ਉਹ ਇੱਕ ਪੰਜਾਬ ਵੀ ਚਿਹਰਾ ਹੋਊਗਾ ਤੇ ਪੰਜਾਬ ਲਈ ਬੜੇ ਮਾਣ ਵਾਲੀ ਗੱਲ ਹੋ ਗਈ ਤੇ ਅਰਵਿੰਦ ਕੇਜਰੀਵਾਲ ਜੀ ਦੀ ਪੰਜਾਬ ਪ੍ਰਤੀ ਸੋਚ ਬਹੁਤ ਗੰਭੀਰ ਹੈ ਤੇ ਉਹ ਵਧੀਆ ਚਿਹਰਾ ਦੇਣਗੇ ਹੁਣ 2022 ਦੀਆਂ ਚੋਣਾਂ ਦਾ ਸੀਜ਼ਨ ਹੈ ਕਈ ਪਾਰਟੀਆਂ ਨੇ ਆਪਣੇ ਉਮੀਦਵਾਰ ਉਤਾਰੇ ਨੇ ਮੇਨ ਮੁਕਾਬਲਾ ਤੁਹਾਨੂੰ ਕੀ ਲੱਗਦਾ ਮੇਨ ਮੁਕਾਬਲਾ ਕਿਹਦੀ ਕਿਹੜੀ ਪਾਰਟੀ ਦਾ ਨਹੀਂ ਅੱਜ ਦੇ ਹਾਲਾਤ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਬੜੀ ਅੱਗੇ ਜਾ ਰਹੀ ਹੈ ਤੇ ਸਾਡਾ ਜੇ ਕੋਈ ਮੁਕਾਬਲਾ ਹੈ ਥੋੜਾ ਬਹੁਤ ਕਈ ਸਿੱਟਾਂ ਤੇ ਉਹ ਕਾਂਗਰਸ ਨਾਲ ਹੈ ਬਾਕੀ ਦਾ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਅਸੀਂ ਪੂਰਨ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਜਾ ਰਹੇ ਹਾਂ ਸਖਵੀਰ ਸਿੰਘ ਬਾਦਲਾ ਅਕਾਲੀ ਦਲ ਵੱਲੋਂ ਉਹਨਾਂ ਨੇ ਵੀ ਕਿਹਾ ਜਾ ਰਿਹਾ ਵੀ ਸਾਡਾ ਸਾਨੂੰ 80 ਤੋਂ 85 ਸੀਟਾਂ ਆਉਣਗੀਆਂ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ ਵੀ ਫਤੇਗੜ ਸਾਹਿਬ ਦੀ ਸੀਟ ਆਮ ਆਦਮੀ ਪਾਰਟੀ ਜਿੱਤੇਗੀ ਕਾਂਗਰਸ ਜਿੱਤੇਗੀ ਅਕਾਲੀ ਦਲ ਲਏਗੀ ਆਮ ਆਦਮੀ ਪਾਰਟੀ ਫਤੇਗੜ ਸਾਹਿਬ ਦੀ ਸੀਟ ਜਿੱਤੇਗੀ ਸਖਵੀਰ ਬਾਦਲ ਨੂੰ ਤੁਹਾਨੂੰ ਪਤਾ ਦਿਨ ਚ ਸੁਪਨੇ ਦੇਖਣ ਦੀ ਆਦਤ ਹੈ ਉਹ ਸੁਪਨੇ ਦੇਖੀ ਜਾਂਦਾ ਉਹਨੂੰ ਵੀ ਪਤਾ ਹੈ ਕਿ ਉਹਦਾ ਕੁਝ ਨਹੀਂ ਬਟਿਆ ਜਾਣਾ ਜੇ ਆਪਾਂ ਫਤੇਗੜ ਸਾਹਿਬ ਹਲਕੇ ਦੀ ਗੱਲ ਕਰੀਏ ਤਾਂ ਕਾਂਗਰਸ ਵੱਲੋਂ ਇੱਥੇ ਕਾਫੀ ਵਿਕਾਸ ਕਰਾਇਆ ਗਿਆ ਹੈ ਤੁਹਾਨੂੰ ਨਹੀਂ ਲੱਗਦਾ ਕਿ ਲੋਕ ਕਾਂਗਰਸ ਨੂੰ ਤਰਜੀਹ ਦੇਣਗੇ ਨਹੀਂ ਲੋਕ ਕਾਂਗਰਸ ਨੂੰ ਨਹੀਂ ਲੋਕ ਇਸ ਟਾਈਮ ਬਦਲ ਨੂੰ ਤਰਜੀਹ ਦੇਣਗੇ ਕਿਉਂਕਿ ਜੋ ਕੁਝ ਲੋਕਾਂ ਨੇ ਦਿੱਲੀ 'ਚ ਦੇਖਿਆ ਲੋਕ ਉਸ ਬਦਲ ਨੂੰ ਦੇਖਦੇ ਹੋਏ ਇਸ ਵਾਰ ਬਦਲ ਨੂੰ ਤਰਜੀਹ ਦੇਣਗੇ ਵਿਕਾਸ ਬਕੂਸਤਾ ਸਰਕਾਰਾਂ ਨੇ ਕਰਾਣਾ ਹੀ ਹੁੰਦਾ ਸਾਡੇ ਟੈਕਸ ਦੇ ਪੈਸੇ ਨੇ ਵਿਕਾਸ ਕੋਈ ਐਡਾ ਮੈਟਰ ਨਹੀਂ ਵਿਕਾਸ ਕਰਾਇਆ ਮੈਂ ਇਸ ਗੱਲ ਤੋਂ ਨਹੀਂ ਮੁਕਰਦਾ ਪਰ ਵਿਕਾਸ ਕਰਾਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਲੋਕ ਇਸ ਵਾਰ ਬਦਲਾਅ ਚਾਹੁੰਦੇ ਨੇ ਫਤੇਗੜ ਸਾਹਿਬ ਦੇ ਲੋਕ ਸ਼ਹੀਦਾਂ ਦੀ ਧਰਤੀ ਦੇ ਲੋਕ ਇਸ ਵਾਰ ਆਜ਼ਮੀ ਪਾਰਟੀ ਦੇ ਵਿਧਾਇਕ ਨੂੰ ਜਟਾਕੇ ਭੇਜਣਗੇ ਸਾਢੇ 4 ਸਾਲ ਕਾਂਗਰਸ ਦੇ ਕੈਪਟਨ ਨੇ ਕਾਂਗਰਸ ਦੇ ਰਾਜ ਕੀਤਾ ਤੇ ਉਸ ਤੋਂ ਬਾਅਦ ਹੁਣ ਚੰਨੀ ਹਟ ਕਮਾਂਡਾ ਲੋਕਾਂ 'ਚ ਵਿਚਰ ਰਹੇ ਨੇ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕਰ ਰਹੇ ਨੇ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਦਾ ਪਲੜਾ ਭਾਰੀ ਹੋਏਗਾ ਨਹੀਂ ਸਾਢੇ 4 ਸਾਲ ਦਾ ਹਿਸਾਬ ਕੌਣ ਦੇਗਾ ਉਹ ਵੀ ਤਾਂ ਮੁੱਖ ਮੰਤਰੀ ਕਾਂਗਰਸ ਦਾ ਸੀ ਉਹ ਕਿਹੜਾ ਭਾਜਪਾ ਦਾ ਮੁੱਖ ਮੰਤਰੀ ਸੀ ਕਾਂਗਰਸ ਦਾ ਮੁੱਖ ਮੰਤਰੀ ਸੀ ਅੱਜ ਇਹ ਕਹਿੰਨੇ ਸਾਢੇ 4 ਸਾਲ ਦੀ ਗੱਲ ਨਾ ਕਰੋ ਆ ਤਿੰਨ ਮਹੀਨੇ ਦੀ ਗੱਲ ਕਰ ਲੋ ਪੰਜਾਬ ਦੇ ਲੋਕ ਬਹੁਤ ਸਮਝਦਾਰ ਨੇ ਪੰਜਾਬ ਦੇ ਲੋਕ ਬਿਲਕੁਲ ਬੇਵਕੂਫ ਨਹੀਂ ਪੰਜਾਬ ਦੇ ਲੋਕ ਕਾਂਗਰਸ ਦੀ ਸੱਚਾਈ ਨੂੰ ਜਾਣ ਚੁੱਕੇ ਨੇ ਇਸ ਲਈ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਤਰਜੀਹ ਦੇ ਰਹੇ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਨਿੰਦਰ ਸਿੰਘ ਵੱਲੋਂ ਵੀ ਪਾਰਟੀ ਬਣਾਈ ਗਈ ਹੈ ਉਹ ਵੀ ਕਾਂਗਰਸ ਚੋਂ ਗਏ ਨੇ ਉਹਨਾਂ ਨਾਲ ਵੀ ਕਈ ਕਾਂਗਰਸੀ ਸੰਪਰਕ ਰੱਖਦੇ ਨੇ ਤੁਸੀਂ ਵੀ ਪੁਰਾਣੇ ਕਾਂਗਰਸੀ ਰਹ ਚੁੱਕੇ ਹੋ ਕਿ ਤੁਹਾਡਾ ਵੀ ਉਹਨਾਂ ਨਾਲ ਕੋਈ ਸੰਪਰਕ ਹੋਇਆ ਜਾਂ ਕਿਸੇ ਮਲਕੀ ਰਾਹੀਂ ਉਹਨਾਂ ਨਾਲ ਕੋਈ ਸੰਪਰਕ ਹੋਏਗਾ ਨਹੀਂ ਉਹਨਾਂ ਨਾਲ ਮੇਰਾ ਹਾਲ ਦੀ ਘੜੀ ਕੋਈ ਸੰਪਰਕ ਨਹੀਂ ਸਾਨੂੰ ਵੀ ਉਹਨਾਂ ਦੇ ਕਿਸੇ ਕੁਝ ਬੰਦੇਆ ਵੱਲੋਂ ਆਇਆ ਸੀ ਵੀ ਅਗਰ ਤੁਸੀਂ ਚੋਣ ਲੜਨੀ ਚਾਹੁੰਦੇ ਹੋ ਮੈਂ ਫੇਰ ਇਹੀ ਗੱਲ ਕਹਿੰਦਾ ਕਿ ਚੋਣ ਜਦ ਵੀ ਲੜੀ ਜਾਊਗੀ ਅਗਰ ਮੈਂ ਚੋਣ ਲੜਾਂਗਾ ਕਦੀ ਵੀ ਜਿਆਦਾ ਆਮ ਆਦਮੀ ਪਾਰਟੀ ਮੈਨੂੰ ਚੋਣ ਲੜਾਊਗੀ ਤਾਂ ਮੈਂ ਉਦੋਂ ਹੀ ਲੜਾਂਗਾ ਨਹੀਂ ਆਮ ਆਦਮੀ ਪਾਰਟੀ ਜਿੰਨੂੰ ਟਿਕਟ ਦੇਊਗੀ ਮੈਂ ਉਹਦਾ ਸਾਥ ਦੇਵਾਂਗਾ ਧੰਨਵਾਦ ਜੀ ਇਹ ਸੰਨ ਪ੍ਰਦੀਪ ਮਲਹੋਤਰਾ ਜੀ ਜੋ ਕਿ ਆਮ ਆਦਮੀ ਪਾਰਟੀ ਦੇ ਸਰਕਰਡ ਆਗੂ ਹਨ ਤੇ ਇਹਨਾਂ ਨੇ ਕਿਹਾ ਕਿ ਆ ਭਾਜਪਾ ਕਈ ਤਰ੍ਹਾਂ ਦੇ ਜਾਲ ਵਿਛਾ ਕੇ ਆਪਣੇ ਵੱਲ ਨੂੰ ਖਿੱਚਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਹਨਾਂ ਵੱਲੋਂ ਜੇ ਚੋਣ ਲੜੀ ਜਾਵੇਗੀ ਤਾਂ ਆਮ ਆਦਮੀ ਪਾਰਟੀ ਵੱਲੋਂ ਹੀ ਲੜੀ ਜਾਵੇਗੀ ਅਜੀਤ ਪੈਪ ਟੀਵੀ ਲਈ ਫਤੇਗੜ ਸਾਹਿਬ ਤੋਂ ਜਤਿੰਦਰ ਸਿੰਘ ਰਾਠੌਰ ਆਲੈ ਚੂਰੀ ਬੰਦ ਦਿੱਤੀ ਐ ਗਰਮ ਗਰਮ ਰੋਟੀ ਤੇ ਦਾਲ ਲਈ ਬੰਤੇ ਨੂੰ ਦੁਪਹਿਰੇ ਘਰ ਭੇਜ ਦੇਵੀ ਤੇ ਬੇਬੇ ਮੇਰੀ ਰੋਟੀ ਆ ਪਈ ਐ ਮੰਜੇ ਤੇ ਠੀਕ ਐ ਤੁੰਤੋ ਹਾਂ ਰੱਬ ਸਦਾ ਸਲਾਮਤ ਰੱਖੇ ਬਾਦਲ ਨੂੰ ਸਸਤਾ ਆਟਾ ਤੇ ਦਾਲ ਦਿਵਾ ਕੇ ਸਾਨੂੰ ਗਰੀਬਾਂ ਨੂੰ ਦੋ ਜੋਂ ਦੀ ਰੋਟੀ ਪੱਕੀ ਕਰ ਦਿੱਤੀ ਆਟਾ ਦਾਲ ਸਕੀਮ ਨਾਲ ਅਸੀਂ ਅਸੀਂ ਭੁੱਖੇ ਨਹੀਂ ਸੋਏ ਕਦੇ ਇਹ ਕੀ ਵੋਟ ਪਾਦਲ ਨਹੀਂ ਪਾਉਣੀ ਐ ਗਲਤੀ ਨਾ ਕਰੀ ਐਸ ਵਾਰ ਵੋਟ ਪਾਣੀ ਉਹਨਾਂ ਨੂੰ ਜਿਹੜੇ ਸਮਝਣ ਸਾਡੇ ਦਰਦਾਂ ਨੂੰ